ਚੱਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ, ਖੁਸ਼ ਰਹੋ। ਅਤੇ ਫਰੈਂਡਸ, ਅੱਜ ਦਾ ਵਲੋਗ ਆਪਾਂ ਸਟਾਰਟ ਕਰ ਰਹੇ ਹਾਂ। ਸਵੇਰ ਦੇ ਵੱਜ ਗਏ ਨੇ 7:30 ਅਤੇ ਮੈਂ ਜਾ ਰਹੀ ਹਾਂ ਅੱਜ ਫਿਰ ਤੋਂ ਸ਼ੋਪਿੰਗ ਕਰਨ। ਤੁਸੀਂ ਵੀ ਕਹਿੰਦੇ ਹੋਗੇ ਕਿ ਸ਼ੋਪਿੰਗਾਂ ਬੜੀਆਂ ਕਰਦੀ ਹੈ, ਕਿਉਂਕਿ ਥੋੜ੍ਹੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਨਾ। ਹੁਣ ਸਾਡੇ ਇੱਕ ਹੋਰ ਵਿਆਹ ਆ ਰਿਹਾ, ਉਹਦੇ ਕਰਕੇ ਥੋੜ੍ਹੀ ਬਹੁਤੀ ਸ਼ੋਪਿੰਗ ਕਰਨੀ ਸੀਗੀ ਅਤੇ ਇਹਨਾਂ ਨਾਲੇ ਸ਼ੂਜ਼ ਵਗੈਰਾ ਲੈਣੇ ਸੀਗੇ, ਕਿਉਂਕਿ ਸਰਦੀਆਂ ਆ ਗਈਆਂ ਨਾ ਹੁਣ ਸ਼ੂਜ਼ ਵਗੈਰਾ। ਇਸ ਕਿਹਾ ਚਲੋ ਲੈ ਆਈਏ, ਪੁਰਾਣੇ ਸਭ ਮੇਰੇ ਟੁੱਟ ਗਏ ਨੇ ਬੂਟ, ਮੈਂ ਕਿਹਾ ਚਲੋ ਹੁਣ ਨਵੇਂ ਲੈ ਆਉਂਦੇ ਹਾਂ। ਅਤੇ ਉਸ ਨੂੰ ਹੀ ਲੈਣ ਆਪਾਂ ਅੱਜ ਚੱਲਿਆ ਫਿਰ ਤੋਂ ਲੁਧਿਆਣਾ। ਅਤੇ ਅੱਜ ਫਿਰ ਤੋਂ ਤੁਹਾਨੂੰ ਆਪਾਂ ਲੁਧਿਆਣੇ ਦਾ ਬਾਜ਼ਾਰ ਦਿਖਾਉਂਗੇ, ਬਹੁਤ ਰਸ਼ ਹੁੰਦਾ ਉੱਥੇ। ਅਤੇ ਅੱਜ ਆਪਾਂ ਥੋੜ੍ਹਾ ਜਿਹਾ ਵੱਡਾ ਵਲੋਗ ਬਣਾਉਂਗੇ, ਪਿਛਲੀ ਵਾਰ ਥੋੜ੍ਹਾ ਜਿਹਾ ਘੱਟ ਸੀ, ਅੱਜ ਆਪਾਂ ਤੁਹਾਨੂੰ ਸਾਰਾ ਹੀ ਬਾਜ਼ਾਰ ਦਿਖਾਉਂਗੇ। ਥੋੜ੍ਹਾ ਜਿਹਾ ਨਾ ਤਾਂ ਹੋ ਜਾਂਦਾ ਉੱਥੇ, ਮੀਨਸ ਖਤਰਾ ਜਿਹਾ ਹੁੰਦਾ ਨਾ, ਭੀੜ ਜ਼ਿਆਦਾ, ਕੋਈ ਨਾ ਫੋਨ ਖੋਈ ਖੋ ਕੇ ਲੈ ਜਾਵੇ ਨਾ, ਇੱਦਾਂ ਡਰ ਜਿਹਾ ਰਹਿੰਦਾ ਹੈ। ਅਤੇ ਚਲੋ ਹੁਣ ਅੱਜ ਆਪਾਂ ਚੱਲਦੇ ਹਾਂ। ਅਤੇ ਲੈਂਬਰਗਿਨੀ ਤਾਂ ਮੇਰੀ 8:30 ਆਉਂਦੀ ਹੈ, ਪਰ ਅੱਜ ਮੈਨੂੰ ਵੀਰਾ ਛੱਡਣ ਜਾ ਰਿਹਾ ਹੈ। ਅਤੇ ਆਪਾਂ ਖਮਾਣਾ ਪਹੁੰਚ ਕੇ ਬਸ ਬਹਿ ਜਾਣਾ ਹੈ, ਅਤੇ ਫਿਰ ਆਪਾਂ ਰਾਹ ਵਿੱਚ ਭੂਆ ਜੀ ਉਹਨਾਂ ਨੂੰ ਵੀ ਲੈਣਾ ਹੈ, ਅਤੇ ਉਹ ਵੀ ਸਾਡੇ ਨਾਲ ਹੀ, ਮਤਲਬ ਮੇਰੇ ਨਾਲ ਹੀ ਜਾਣਗੇ। ਅਤੇ ਫਿਰ ਅਸੀਂ ਇਕੱਠੋ ਹੀ ਤਿੰਨ ਹੋਊਂਗੇ ਅਸੀਂ, ਅਤੇ ਤਿੰਨੋਂ ਹੀ ਅਸੀਂ ਅੱਜ ਕਰਕੇ ਆਵਾਂਗੇ ਸ਼ੋਪਿੰਗ। ਆਵਾਜ਼ ਤੁਹਾਨੂੰ ਮੇਰੀ ਥੋੜ੍ਹੀ ਜਿਹੀ ਡਿਫਰੈਂਟ ਲੱਗਦੀ ਹੋਈ, ਕਿਉਂਕਿ ਮੈਂ ਬਿਮਾਰ ਸੀਗੀ, ਮੈਨੂੰ ਉਸ ਠੰਡ ਲੱਗ ਗਈ ਆਉਂਦੀ। ਤੁਸੀਂ ਵੀ ਆਪਣਾ ਬਚਾਅ ਰੱਖੋ, ਬਹੁਤ ਠੰਡ ਬਿਮਾਰ ਕਰਦੀ ਹੈ। ਅੱਜ ਥੋੜ੍ਹੀ ਜਿਹੀ ਮੈਂ ਠੀਕ ਸੀਗੀ, ਮੈਂ ਕਿਹਾ ਚਲੋ ਅੱਜ ਆਪਾਂ ਚੱਲਦੇ ਸ਼ੋਪਿੰਗ ਕਰਨ, ਫਿਰ ਟਾਈਮ ਨਹੀਂ ਲੱਗਣਾ। ਅਤੇ ਚਲੋ ਹੁਣ ਆਪਾਂ ਬਹੁਤੀ ਦੇਰ ਨਾ ਕਰਦੇ ਹੋਏ ਘਰੋਂ ਚੱਲ ਪੈਂਦੇ ਹਾਂ, ਕਿਉਂਕਿ ਫਿਰ ਲੇਟ ਨਾ ਹੋ ਜਾਈਏ ਨਾ। ਅਤੇ ਸਵੇਰੇ ਸਵੇਰੇ ਤਾਂ ਫਰੈਂਡਸ ਬਹੁਤ ਜ਼ਿਆਦਾ ਠੰਡ ਸੀਗੀ, ਕਿਉਂਕਿ ਇੱਕ ਤਾਂ ਬਾਈਕ ਬਹੁਤ ਤੇਜ਼ ਚੱਲ ਰਹੀ ਸੀ, ਅਤੇ ਉਹ ਤੋਂ ਇੰਨੀ ਜ਼ਿਆਦਾ ਹਵਾ ਨਾ, ਬਹੁਤ ਟ੍ਰੈਫਿਕ ਸੀਗੀ। ਅਤੇ ਮੈਂ ਕਿਹਾ ਬਸ ਮੈਨੂੰ ਜਲਦੀ ਜਲਦੀ ਜਾ ਕੇ ਨਾ ਬੱਸ ਮਿਲਣੀ ਹੈ। ਅਤੇ ਅੱਜ ਫਰੈਂਡਸ ਮੇਰਾ ਮਨ ਬਹੁਤ ਜ਼ਿਆਦਾ ਨਿਰਾਸ਼ ਹੋਇਆ, ਉਹ ਦੇਖੋ ਖੜੀ ਹੈ ਰੋਡਵੇਜ਼, ਪਰ ਉਹ ਮੈਂ ਲੰਘਾ ਚੁੱਕੀ ਹਾਂ। ਤੁਸੀਂ ਵੀ ਹੈਰਾਨ ਹੁੰਦੇ ਹੋ ਕਿ ਇਹ ਰੋਡਵੇਜ਼ ਕਿਵੇਂ ਲੰਘਾਤੀ, ਹਰੇਕ ਵਾਰੀ ਤਾਂ ਆਧਾਰ ਕਾਰਡ ਦਾ ਫਾਇਦਾ ਲੈਂਦੀ ਹੈ, ਪਰ ਅੱਜ ਗਲਤੀ ਨਾਲ ਮੇਰੇ ਤੋਂ ਕਾਲੀ ਕਾਲੀ 'ਚ ਆਧਾਰ ਕਾਰਡ ਮੇਰਾ ਘਰ ਹੀ ਰਹਿ ਗਿਆ। ਅਤੇ ਮੈਂ ਵੇਟ ਕਰ ਰਹੀ ਹਾਂ ਹੁਣ ਪ੍ਰਾਈਵੇਟ ਬੱਸ ਦੀ ਕਿ ਉਹਦੇ 'ਚ ਹੀ ਜਾਵਾਂ, ਅਤੇ ਬਸ ਹੁਣ ਜਲਦੀ ਜਲਦੀ ਆ ਜਾਵੇ ਅਤੇ ਮੈਂ ਜਾਵਾਂ। ਅਤੇ ਮੈਨੂੰ ਬਹੁਤ ਜ਼ਿਆਦਾ ਨਾ ਉਹ ਹੋਈ, ਮਤਲਬ ਨਿਰਾਸ਼ਾ ਹੋਈ ਕਿ ਮੇਰਾ ਆਧਾਰ ਕਾਰਡ ਘਰ ਹੀ ਰਹਿ ਗਿਆ, ਪਰ ਹੁਣ ਪ੍ਰਾਈਵੇਟ ਆ ਗਈ ਹੈ ਅਤੇ ਮੈਨੂੰ ਤਾਂ ਹੁਣ ਪੈਸੇ ਲਾਉਣੇ ਵੀ ਦੁਖਣਗੇ। ਫਰੈਂਡਸ ਮੇਰੇ 40 ਰੁਪਏ ਲੱਗ ਗਏ, ਮੈਂ ਤਾਂ ਦੇਖ ਦੇਖ ਕੇ ਟਿਕਟ ਨੂੰ ਹੋਲ ਪਈ ਜਾਵੇ, ਮੈਂ ਕਿਹਾ ਕਿੱਥੇ ਮੇਰਾ 0 ਬੈਲੈਂਸ ਸ਼ੋ ਹੋਇਆ ਕਰਦਾ ਸੀ ਅੱਜ 40 ਰੁਪਏ। ਅਤੇ ਹੁਣ ਮੈਨੂੰ ਫਰੈਂਡਸ ਬੱਸ ਮਿਲ ਗਈ ਸੀ ਘੁਆੜੇ ਤੋਂ ਸਾਹਨੇਵਾਲ ਜਾਣ ਲਈ, ਭੂਆ ਜੀ ਉਹਨਾਂ ਦੇ ਘਰ ਜਾਣਾ ਸੀਗਾ। ਮੈਂ ਪਹਿਲਾਂ ਉਹਨਾਂ ਨੂੰ ਉੱਥੇ ਤੋਂ ਮੈਂ ਲਊਂਗੀ, ਅਤੇ ਫਿਰ ਨਾ ਉੱਥੇ ਤੋਂ ਅਸੀਂ ਤਿੰਨੋਂ ਜਣੀਆਂ ਜਾਵਾਂਗੀਆਂ, ਮੈਂ ਭੂਆ ਜੀ ਦੀ ਕੁੜੀ ਅਤੇ ਭੂਆ ਜੀ। ਅਤੇ ਬਸ ਹੁਣ ਫਟਾਫਟ ਮੈਂ ਚਲੇ ਜਾਵਾਂ, ਕਿਉਂਕਿ ਫਿਰ ਜਲਦੀ ਜਲਦੀ ਮੁੜਨਾ ਵੀ ਹੈ ਨਾ, ਐਵੇਂ ਹਨੇਰਾ ਹੋ ਜਾਂਦਾ, ਦਿਨ ਛੋਟੇ ਨੇ, ਜਲਦੀ ਜਲਦੀ ਨਾ ਹਨੇਰਾ ਹੀ ਹੋ ਜਾਂਦਾ ਹੈ। ਪਹੁੰਚ ਗਈ ਹਾਂ ਸਾਹਨੇਵਾਲ, ਅਤੇ ਮੈਂ ਤੁਰੀ ਜਾ ਰਹੀ ਹਾਂ ਭੂਆ ਜੀ ਉਹਨਾਂ ਦੇ ਘਰ ਨੂੰ। ਪਰ ਜਾਂਦੀ ਸਾਰ ਨਾ ਡਰ ਪੈ ਜਾਂਦਾ ਹੈ, ਕਿਉਂਕਿ ਇਹਨਾਂ ਦਾ ਕੁੱਤਾ ਹੈ ਨਾ ਬਹੁਤ ਜ਼ਿਆਦਾ, ਉਹਨੇ ਮੈਨੂੰ ਵੱਢਿਆ ਸੀਗਾ ਇੱਕ ਵਾਰੀ, ਤੁਹਾਨੂੰ ਮੈਂ ਦੱਸਿਆ ਵੀ ਸੀ। ਅਤੇ ਸਾਨੂੰ ਪਹਿਲਾਂ ਹੀ ਨਾ ਫੋਨ ਕਰਨਾ ਪੈਂਦਾ ਉਹਨਾਂ ਨੂੰ, ਡੌਗੀ ਨੂੰ ਆਪਣਾ ਸਾਂਭ ਲਓ, ਅਤੇ ਉਨਾ ਟਾਈਮ ਸਾਨੂੰ ਬਾਹਰ ਕੱਢਣਾ ਪੈਂਦਾ ਹੈ ਤਾਂ ਕਿ ਉਹਨੂੰ ਵੀ ਕੋਠੇ ਪਰ ਚੜ੍ਹਾ ਦੇਣ। ਅਤੇ ਹੁਣ ਫਟਾਫਟ ਚੱਲਦੇ ਹਾਂ, ਭੂਆ ਜੀ ਨੂੰ ਕਹਿਣਾ ਬਸ ਰੁਕਣਾ ਨਹੀਂ ਹੈਗਾ, ਚਾਹ ਦੀ ਕੁੱਟ ਦੇ ਦਿਓ, ਠੰਡ ਚੜ੍ਹ ਗਈ। ਅਤੇ ਬਸ ਫਟਾਫਟ ਨਿਕਲ ਚੱਲਦੇ ਹਾਂ ਆਪਾਂ, ਕਿਉਂਕਿ ਫਿਰ ਨਾ ਉਹ ਹਨੇਰਾ ਹੋ ਜਾਂਦਾ ਜੇ ਸ਼ਾਮ ਪੈ ਗਈ। ਅਤੇ ਚਲੋ ਹੁਣ ਆਪਾਂ ਫਟਾਫਟ ਚੱਲਦੇ ਹਾਂ। ਮੈਂ ਪਹੁੰਚ ਗਈ ਹਾਂ ਭੂਆ ਜੀ ਉਹਨਾਂ ਦੇ ਘਰ, ਅਤੇ ਮੈਂ ਕਿਹਾ ਕੁੱਤੇ ਨੂੰ ਅੰਦਰ ਕਰ ਲਓ, 10,000 ਰੁਪਇਆ ਜੁਰਮਾਨਾ ਹੁਣ ਤਾਂ ਮਾਲਕ ਨੂੰ। ਆਪਾਂ ਪਹੁੰਚ ਗਏ ਹਾਂ ਘਰ, ਅਤੇ ਬਸ ਹੁਣ ਚਾਹ ਚੂਹ ਪੀ ਕੇ ਆਪਾਂ ਚੱਲਦੇ ਹਾਂ ਛੇਤੀ ਛੇਤੀ। ਭੂਆ ਜੀ ਹੁਣੀ ਅਜੇ ਤਿਆਰ ਨਹੀਂ ਹੋਏ, ਮੈਂ ਕਿਹਾ ਤਿਆਰ ਹੋ ਜਾਓ ਫਟਾਫਟ, ਫਿਰ ਮੁੜਨਾ ਵੀ ਹੈ ਨਾ, ਮੈਂ ਤਾਂ ਅੱਗੇ ਵੀ ਜਾਣਾ ਹੈ, ਟਾਈਮ ਲੱਗ ਜਾਂਦਾ ਕਾਫੀ। ਅਤੇ ਮੈਂ ਕਿਹਾ ਪਹਿਲਾਂ ਚਾਹ ਬਣਾ ਲਓ, ਬਈ ਚਾਹ ਪੀਣੀ ਹੈ, ਬਹੁਤ ਠੰਡ ਲੱਗਦੀ ਹੈ। ਅੱਜ ਇਹਨਾਂ ਵਾਲਾ ਬਣਦੀ ਹੈ ਪਾਰਟੀ, ਕਿਉਂਕਿ ਇਹਨਾਂ ਨੇ ਲੈ ਲਿਆ ਭੂਆ ਜੀ ਉਹਨੇ ਨਵਾਂ ਬੁਲਟ, ਅਤੇ ਮੈਨੂੰ ਬਹੁਤ ਸ਼ੌਂਕ ਆ ਬੁਲਟ ਪਰ ਬਹਿਣ ਦਾ, ਅਤੇ ਇਹਦੇ ਪਰ ਇੱਕ ਅੱਧਾ ਗੇੜਾ ਤਾਂ ਲਊਂਗੀ ਮੈਂ ਜ਼ਰੂਰ। ਅਤੇ ਫਰੈਂਡਸ ਹੁਣ ਪੀਵਾਂਗੇ ਆਪਾਂ ਗਰਮਾ ਗਰਮ ਚਾਹ ਵਿਦ ਬਰਫੀ ਨਾਲ, ਵਿੱਚੇ ਖੋਏ ਦੀ ਬਰਫੀ ਵੀ ਆ। ਚੱਲੇ ਹਾਂ ਸ਼ੋਪਿੰਗ ਕਰਨ, ਵਿਆਹ ਕੁੜੀ ਵੀ ਨਿਆਲ ਹੋ ਗਈ ਸੱਗੀ ਨਾ ਭਰਾਂਦਾ। ਅਤੇ ਫਰੈਂਡਸ ਬੱਸ ਇੰਨੀ ਜ਼ਿਆਦਾ ਸਲੋਅ ਆ ਨਾ, ਬਹੁਤ ਜ਼ਿਆਦਾ ਨੀਂਦ ਆਉਣ ਲੱਗ ਗਈ ਸੀਗੀ, ਅਤੇ ਉੱਤੋਂ ਟ੍ਰੈਫਿਕ ਬਹੁਤ ਜ਼ਿਆਦਾ ਸੀਗੀ ਲੁਧਿਆਣੇ 'ਚ, ਪੂਰਾ 1 ਘੰਟਾ ਤਾਂ ਟ੍ਰੈਫਿਕ 'ਚ ਹੀ ਲੱਗ ਗਿਆ ਸਾਨੂੰ, ਅਤੇ ਬਹੁਤ ਹੀ ਔਖੇ ਅਸੀਂ ਪਹੁੰਚੇ ਹਾਂ ਆਪਣੇ ਘੰਟਾ ਘਰ। ਅਤੇ ਫਾਈਨਲੀ ਫਰੈਂਡਸ ਆਪਾਂ ਪਹੁੰਚ ਗਏ ਆਪਣੀ ਮੰਜ਼ਿਲ 'ਤੇ, ਬਹੁਤ ਹੀ ਜ਼ਿਆਦਾ ਸਟਰਗਲ ਕਰਨ ਤੋਂ ਬਾਅਦ। ਅਤੇ ਬਹੁਤ ਔਖਾ ਹੁੰਦਾ ਇੱਥੇ ਰੋਡ ਕ੍ਰੋਸ ਕਰਨਾ, ਵਿੱਚ ਨੂੰ ਵੱਜਣ ਨੂੰ ਆਉਂਦੇ ਨੇ ਰਿਕਸ਼ੇ ਵਾਲੇ,
ਤੇ ਸਭ ਤੋਂ ਪਹਿਲਾਂ ਭੁੱਖ ਲੱਗੀ ਇਸ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਆਪਾਂ ਬੇਲ ਪੂਰੀ ਖਾਂਦੇ ਹੋ ਤਾਂ ਕੁਛ ਨਹੀਂ ਦੇਣੀ ਸਾਨੂੰ ਪਹਿਲਾਂ ਕੁੜੀ ਭੁੱਖ ਲੱਗੀ ਬੇਲ ਪੂਰੀ तो फ्रेंड्स ये देख लो अपना घंटा घर बहुत ज़्यादा रश सीगा ते मेरे नाल ना एक इंसीडेंट भी हो गया सी मतलब ओ सॉरी इंसीडेंट एक्सीडेंट मेरे ना जो मैं जा रही थी कि इको दम ना रास्ता क्रॉस कर लगी तो पिछों ना एक कोई रिक्शे वाला अंकल आ गया उन्हें मेरे पैर पर टायर चढ़ाता सीगा बच गई इन्ना शुगर बचाव हो गया बहुत ज़्यादा भीड़ सी इतने लोग ना देखते नहीं बस जो मोटरसाइकिल या स्कूटियां वाले ने सीधा ही चलाई जाते हैं तो असी बस देखते जाने मन साडा ललचाई जाता है कि लीए कि छड़िए क्योंकि जोड़ा काम लेने जाने सिर्फ वही चीज़ निकीर होंगी होर तो भी निगाह जाके ना फालतू खर्चा हो जाता है तो असी हूँ शॉपिंग बस करी जा रहे हैं थोड़ी बहुत तो बाकी अगे अगे जाके देखते जो चीज़ सूँ पसंद आती वो असं ले जाने पर पैसे भी बहुत ज़्यादा होने चाहिए ने अपने को घटो घट तो क्योंकि वह है ना फिर समान बहुत ज़्यादा है जिन्होंने देख देख के मन ललचाई जाता कि आ भी ले लो वह भी ले लो एवं ना फजूल खर्चा हो जाता बस मॉल जो लेके आई है चक रही है सेला जो छोटे ने जोत दे भी नहीं है उन्हें किन्ने दा फ्रेंड्स ईयरिंग मैंने इन्ने पसंद आए इन्ने ज़्यादा पसंद आए बस मैं ले ही नहीं है बहुत सोहने लगे मैं क्या चल है ना हूँ इन्ने पैसे नहीं बचे है भी बॉल फालतू खर्चा हो जाना ना वैसे तो मेरे को बहुत सारे ईयरिंग्स पे ने बस इदा ही देख के ना नीत जी फिट जी है कि आ भी ले लाँ वह भी ले लाँ पर मैं अपना मन समझा रहा सी बहुत ही दिल पर पत्थर रख के मैं क्या नहीं हूँ नहीं आप लेने हैं बहुत सारे पाए हैं पहला वही पा लिए क्योंकि हजे वो भी पे ने जोड़े मैं एक एक बार भी नहीं पाए है बस मैं तो देख देख के अपना मन भर लिया तो जो मैं ये वाली चीज़ दिख जाए फ्रेंड्स तो मैं रह ही नहीं सकती हैगी मैं क्या भी किट तो मैं लेनी लेनी है मेरे को सारी ना पुरानी हो गई सगिया तो मैं भी एक घेंट जी किट ले ली वो थोड़ा व्लॉग के लास्ट में सारा समान दिखाऊंगी वो थोड़ा दिखावगी तो सिमरन ने भी लिया घेंट जहाँ पर्स आ पर्स बहुत सोहना लगे इन ब्लैक बहुत खुश हुई इन देख के बहुत ही ना मतलब सस्ते रेट ही मिल गया सी एक कलर चार तो
तो फ्रेंड्स हुण अपनी हो गई शॉपिंग डन ते हुण असी चले आ दोबारा सानेवाल नूं ते उत्थे जा के भूआ जी कहिंदे समोसे लै लो ते आपां समोसे लए। शॉपिंग अपनी डन हो गई आ ते आपां आ गए हुण घरे ते घरे जिम्मी नूं लगे हुए बाड़न ते चलो चलदे आपां ते रोटी खा के फिर मैं भी चल ली वापस घर। करता काम जे ते मुंडा करे मैनूं सर्व सिमरन मैं जा रही है स्कूटी ते बस स्टैंड छड्डन ते इत्थों मैं लूँगी बस ते जिहड़ी सीधा मैनूं उतारूगी कुहाड़े कुहाड़े तो मैं फिर बस चेंज करनी आ। बस हुण बाबा जी अरदास है कि मैनूं टाइम नाल बसां वगैरह मिल जाण क्योंकि शाम होण लग गई है बहुत जल्दी नेरा हुंदा है 4 बजे तो बाद तां बहुत जल्दी। फ्रेंड्स बस च देखो मेरा की हाल होया पिया पिछे दबी बैठी हूँ मैं इन्नी ज़्यादा भीड़ सी ना बसा नहीं पता नहीं कि हड़ताल वगैरह हो गई सी बहुत औखी बस बिजली पर भीड़ इन्नी ज़्यादा सी ना साह नहीं आ रहा तो बहुत ही औखी मैं पुजी तो जब मैं पहुंची ऑटो तो मेरे नाल होर एक इंसीडेंट हो गया मेरा ना धक्के मुक्की विच पर्स ही टिक गया कितने मैं क्या लो जी मेरा पर्स गया पर बाबा जी की कृपा नाल मैनूं मेरा पर्स मिल गया। जब मैं दोबारा पुछण गई उत्थे बस स्टैंड तो वह कहिंदे आ इत्थे पिया है पर्स तो मैनूं मिल गया बहुत शुकराना किया मैं बाबा जी का। तो देखो नेरा हो गया सीगा ते अपनी लैंबरगिनी भी चल पी है रहरा साहब जी का पाठ चल पिया सी गुरुद्वारा साहब च ते मैं कहूं फटाफट घर पहुंची क्योंकि मैं भी जाके पाठ करना है। नेरा बहुत जल्दी होने लग गया हूँ तो बस टाइम ना जल्दी हो जाता है 2 बजे तो बाद तो पता ही नहीं चल रहा। हैलो फ्रेंड्स ते मैं बस ही इन्ना स्ट्रगल करने तो बाद घर पहुँच गई हाँ ते ब्लॉग तुम देखिए अगले धक्का मुक्की होंगी है बसा च बसा नहीं पता नहीं क्यों हड़ताल वगैरह चल रही है वो करके इन्ना धक्का मुक्की होना पे बहुत ही औखी मैं आई हाँ पता नहीं मैं तो ये ना ढिड नाल सहारा लाई खड़ी सी मैं अपने पैरों से भी स्टैंड ही सीगा मेरा तो बहुत औखी मैं घर पहुंची हाँ तो आँदे ही मेरा नाल एक तुर मैं दिखाया है क्लिप च कि मेरा ना पर्स रह गया मैं क्या लो भी चोरी हो गया पर्स तो गई सी मैं मेहतरी घुमाई सी बाबा जी ने मेरा साथ दिता तो मैं मेरा पर्स मिल गया सीगा मेरी किट तो फाइनली हूँ मैं घर पहुँच गया बहुत नेरा हो गया एक मैं कि सवेरे गई सी जल्दी मैं चलो टाइम ना मुड़ हो जूगा पर मुड़ नहीं हुंदा है क्योंकि बसों की हड़ताल करके ना काफ़ी प्रॉब्लम आ रही है। तो हूँ मैं थोनों दिखाऊँगी जोड़े जोड़े मैं समान लिया शॉपिंग की मैं हम थोड़े शेयर करूँगी तो सब तो पहला तो बहुत औखा लैके आई है समान तो फ्रेंड्स ये समान जोड़ा मैं लैके आई हूँ सारा समान तो सब तो पहला तो मैं सोनी मम्मी ने मैं कहा कि मैंने शॉल लिया तो मैं मम्मी ले आ शॉल लिया सोहना ना बहुत ही सस्ता मिले है गैस करो कि होगा आ सारा शॉल चौड़ा भी बहुत आनू गैस करो कि होगा तो उस तो बाद मैं शूज़ लिया तो शूज़ के मैं डब्बे मैंने क्ढने पे मैं क्या इन्ना समान चक नहीं सी हो रहा तो डब्बे मैं क्ड के एवं सीटते सी तो यह लियादे ने मैं अमृत ले शूज़ अमृत लई मेरे वालों गिफ्ट अमृत ले शूज़ ने तो मैं अपने लिए भी लेने मैं क्या सर्दी आ गई चलो तो अपने लिए भी ले लेते हैं ओनली 250 रुपये बहुत ही मतलब चीज़ भी वधिया है इदा नहीं कि टुटने वाली है बहुत ही वधिया चीज़ है बस इन्नी ही मतलब मिली है वधिया मिल गया रेट नाल ते हुण मैं तुहानू दिखाउंदी आ ते मैं लई अपनी फेवरेट किट ते इह मैं किट लैके आंदी आ सोहणी आ ना किवें लगी अमृत वेरी नाइस अमृत नू दान कर अमरिंदर लई कोटी मैं बहुत प्यारा कलर लग्या है तो यह मैं लिया अमरिंदर लई कोटी बहुत ही सोहनी आ तो जिन्हें भी बॉयज़ जेंट्स मेरी वीडियो देख रहे हैं मेरा ब्लॉग देख रहे हैं जो नेड़े तेड़े रेंदे ने लुधियाने घंटा घर के को प्लीज़ आ जरूर लैके आओ बहुत ही सोहना कपड़ा है तो बहुत वधिया चीज़ आ तो कोई ज़्यादा महंगी भी नहीं ओनली
ਗੈਸ ਕਰਿਓ ਕਿੰਨੇ ਦੀ ਇਹ ਨਹੀਂ ਪੈਂਦਾ ਸੁਣਾ ਤੁਸੀਂ ਗੈਸ ਕਰਿਓ ਵੀ ਕਿੰਨੇ ਦੀ ਹੈ ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਇਹਦਾ ਅਸਲੀ ਪ੍ਰਾਈਸ ਕੀ ਹੈ ਅਤੇ ਨੈਕਸਟ ਹੈ ਆਪਣਾ ਅਤੇ ਮੈਂ ਲਿਆ ਆਪਣੇ ਲਈ ਇਹ ਟੋਪ ਜਿਹਾ ਲਿਆ ਹੈ ਲੌਂਗ ਇਹਦਾ ਵੀ ਮੈਨੂੰ ਕਲਰ ਬਹੁਤ ਸੋਹਣਾ ਲੱਗਿਆ ਮੈਂ ਕਿਹਾ ਚਲੋ ਆਪਾਂ ਮੇਰੇ ਲਈ ਵੀ ਲੈ ਲੈਂਦੇ ਹਾਂ ਅਤੇ ਇੱਕ ਮੈਂ ਲਈ ਹੈ ਜਿਹੜੀ ਜਿਹੜੀ ਚੀਜ਼ ਮੈਂ ਲੈਣ ਗਈ ਸੀ ਉਹ ਲੈਂਦੇ ਲੈਂਦੇ ਹੀ ਇੰਨੀ ਚੀਜ਼ਾਂ ਲਈ ਹੋ ਗਈਆਂ ਇਹਨਾਂ ਦਾ ਮੇਰਾ ਅਜੇ ਕੋਈ ਮਤਲਬ ਉਹ ਨਹੀਂ ਸੀ ਵੀ ਮੈਂ ਲਊਂਗੀ ਜਾ ਕੇ ਬਸ ਇੱਕ ਵਾਰੀ ਬੰਦਾ ਬਾਜ਼ਾਰ 'ਚੋਂ ਪੜਨਾ ਚਾਹੀਦਾ ਹੈ ਤਾਂ ਆਟੋਮੈਟਿਕ ਹੀ ਖਰਚਾ ਹੋ ਜਾਂਦਾ ਹੈ ਵੀ ਆਹ ਲੈ ਲਓ ਉਹ ਲੈ ਲਓ ਆਹ ਲੈ ਲਓ ਅਤੇ ਜਿਹੜੀ ਮੈਂ ਮੇਨ ਚੀਜ਼ ਲੈਣ ਗਈ ਸੀ ਉਹ ਮੈਂ ਸਾਰਿਆਂ ਨਾਲੋਂ ਲਾਸਟ 'ਚ ਲਈ ਆ ਅਤੇ ਮੈਂ ਲਈ ਸੀ ਆਪਣੇ ਲਈ ਮੈਂ ਸਾਡੇ ਨਾ ਵਿਆਹ ਆ ਰਹੇ ਮੈਂ ਤੁਹਾਨੂੰ ਦੱਸਿਆ ਸੀ ਅਤੇ ਉਹਦੇ 'ਚ ਮੈਂ ਸੂਟ ਪਾਊਂਗੀ ਜਿਹੜਾ ਉਹਦੇ ਨਾਲ ਮੈਨੂੰ ਚੁੰਨੀ ਚਾਹੀਦੀ ਸੀ ਪਾਕਿਸਤਾਨੀ ਅਤੇ ਮੈਂ ਸੂਟ ਨਾਲ ਥੋੜ੍ਹੀ ਮੈਚ ਕਰਨੀ ਸੀਗੀ ਲਾਈਟ ਲਾਈਟ ਸ਼ੇਡ ਦੀਆਂ ਡਾਰਕ ਕਰਨੀ ਸੀ ਪਰ ਫਿਰ ਵੀ ਮੈਨੂੰ ਥੋੜ੍ਹੀ ਠੀਕ ਠੀਕ ਜਿਹੀ ਮਿਲੀ ਆ ਪਰ ਬਹੁਤ ਸੋਹਣੀ ਮਿਲੀ ਆ ਅਤੇ ਇਹ ਮੈਂ ਲੈ ਗਈ ਆਪਣੇ ਲਈ ਪਾਕਿਸਤਾਨੀ ਚੁੰਨੀ ਸੋਹਣੀ ਆ ਨਾ ਸੋਹਣੀ ਆ ਮੇਰੇ ਪਰ ਲਈ ਵੀ ਬਹੁਤ ਜਚੂਗੀ ਅਤੇ ਬਾਕੀ ਇਹ ਤੁਹਾਨੂੰ ਸਾਰਾ ਮੈਂ ਦਿਖਾਊਂਗੀ ਸੂਟ ਜਦੋਂ ਰੈਡੀ ਹੋ ਜੂਗਾ ਅਤੇ ਆਪਾਂ ਤੁਹਾਨੂੰ ਦਿਖਾਉਂਗੀ ਮਤਲਬ ਆਪਾਂ ਨਹੀਂ ਸੋਰੀ ਮੈਂ ਦਿਖਾਉਂਗੀ ਤੁਹਾਨੂੰ ਮਤਲਬ ਚੁੰਨੀ ਨਾਲ ਉਹ ਸੂਟ ਕਿੱਦਾਂ ਦਾ ਲੱਗਿਆ ਤਾਂ ਸਾਰਾ ਜਣਾ ਦੱਸੋ ਵੀ ਕਿੱਦਾਂ ਦਾ ਲੱਗਿਆ ਤੁਹਾਨੂੰ ਠੀਕ ਹੈ ਜਦੋਂ ਮੈਂ ਰੈਡੀ ਕਰਕੇ ਪਾਊਂਗੀ ਪਰ ਹਜੇ ਥੋੜ੍ਹੇ ਜਿਹੇ ਦਿਨ ਹੈਗੇ ਆ ਸੂਟ ਹਜੇ ਮੈਂ ਸਟਿਚ ਕਰਾਉਣ ਨੂੰ ਦੇਣਾ ਹੈ ਅਤੇ ਉਸ ਤੋਂ ਬਾਅਦ ਮੈਂ ਆਪਣਾ ਪਾਕਿਸਤਾਨੀ ਚੁੰਨੀ ਨਾਲ ਮੈਨੂੰ ਬਹੁਤ ਸੋਹਣੀ ਲੱਗ ਗਈ ਵੀ ਪਾਕਿਸਤਾਨੀ ਮੈਂ ਕਿਹਾ ਸਾਰੇ ਲਈ ਕਰਦੇ ਮੈਂ ਵੀ ਲੈਣੀਆਂ ਨੇ ਅਤੇ ਮੈਂ ਚਲੋ ਅੱਜ ਆਪਾਂ ਆਪਣੀ ਰੀਝ ਪੂਰੀ ਕਰਨ ਲਈ ਪਾਕਿਸਤਾਨੀ ਚੁੰਨੀ ਅਤੇ ਇਹ ਵੀ ਬਹੁਤ ਹੀ ਠੀਕ ਰੇਟ 'ਚ ਮਿਲ ਗਈ ਇਹ ਵੀ ਗੈਸ ਕਰਿਓ ਅਤੇ ਨੈਕਸਟ ਇੱਕ ਮੈਂ ਚੀਜ਼ ਲਈ ਆਪਣੇ ਸੂਟ ਪਰ ਲਗਾਉਣ ਲਈ ਕੀ ਪੈਸੇ ਬਤਾਓ ਇਹ ਮੈਂ ਲਏ ਨੇ ਸੂਟ ਦੇ ਪਿੱਛੇ ਲਗਾਉਣ ਲਈ ਲਟਕਣ ਦੇ ਇਹ ਅੱਜ ਕੱਲ੍ਹ ਦੇ ਚੱਲੇ ਹੋਏ ਨੇ ਥੈਲੀਆਂ ਜੀ ਵਾਲੇ ਬਹੁਤ ਸੋਹਣੇ ਲੱਗਦੇ ਨੇ ਅਤੇ ਮੈਂ ਕਿਹਾ ਚਲੋ ਆਪਾਂ ਇਹ ਲਵਾਂਗੇ ਬਹੁਤ ਬਹੁਤ ਹਲਕੇ ਨੇ ਦੇਖ ਹਾਂ ਖਾ ਕੇ ਫੜ ਕੇ ਦੇ ਸੋਹਣੇ ਹਲਕੇ ਆ ਬਸ ਉਸ ਤੋਂ ਬਾਅਦ ਤਾਂ ਮੇਰੀ ਸ਼ੋਪਿੰਗ ਯੈਸ ਹੈਂਕੀ ਰਹਿ ਗਏ ਅਤੇ ਮੈਂ ਲੈ ਕੇ ਆਈ ਸੀ 3 ਹੈਂਕੀਸ ਅੰਮ੍ਰਿਤ ਨੂੰ ਜੁਕਾਮ ਹੋਇਆ ਰਹਿੰਦਾ ਹੈ ਅਤੇ ਮੈਨੂੰ ਕੀ ਹੋਇਆ ਸਰਦੀ ਹੋਈ ਰਹਿੰਦੀ ਹੈ ਮੈਂ ਕਿਹਾ ਚੱਕ ਤੇਰੇ ਲਈ ਤੇ ਨਰਮਲ ਬਹੁਤ ਅਤੇ ਬਸ ਉਸ ਤੋਂ ਬਾਅਦ ਆਪਣੀ ਸ਼ੋਪਿੰਗ ਹੋ ਗਈ ਡਨ ਅਤੇ ਇੱਕ ਬਹੁਤ ਹੀ ਵਧੀਆ ਚੀਜ਼ ਜਿਹੜੀ ਜਿਹਦੇ ਵਿੱਚ ਮੈਂ ਵੀਡੀਓ ਬਣਾ ਰਹੀ ਹਾਂ ਮੈਂ ਸਟੈਂਡ ਮੇਰੇ ਕੋਲ ਹੈ ਨਹੀਂ ਸੀਗਾ ਅਤੇ ਅੱਜ ਰੱਬ ਦੀ ਕਿਰਪਾ ਨਾਲ ਮੇਰੇ ਕੋਲ ਸਟੈਂਡ ਵੀ ਆ ਗਿਆ ਹੈ ਫੋਨ ਲਈ ਬਸ ਹੁਣ ਰਹਿ ਗਈ ਰਿੰਗ ਲਾਈਟ ਅਤੇ ਸਟੈਂਡ ਵੀ ਮੈਨੂੰ ਬਹੁਤ ਹੀ ਠੀਕ ਠੀਕ ਪ੍ਰਾਈਸ 'ਚ ਮਿਲ ਗਿਆ ਇਹ ਵੀ ਗੈਸ ਕਰਿਓ ਨਹੀਂ ਇਹ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਕਿਉਂਕਿ ਮੈਂ ਵਿੱਚ ਫੋਨ ਫਿਕਸ ਕੀਤਾ ਹੋਇਆ ਇਹਦੇ ਅਤੇ ਇਹ ਵੀ ਮਤਲਬ ਬਹੁਤ ਵਧੀਆ ਹੈ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਮੈਨੂੰ ਨਾ ਡੱਬੇ ਡੁੱਬਿਆਂ ਪਰ ਰੱਖ ਕੇ ਨਹੀਂ ਫੋਨ ਮਤਲਬ ਮੈਂ ਆਪਣੇ ਕੀ ਕਰਦੀ ਹੁੰਦੀ ਸੀ ਚੇਅਰ ਰੱਖ ਲੈਣੀ ਉੱਤੇ ਫਿਰ ਟੇਬਲ ਰੱਖ ਲੈਣਾ ਅਤੇ ਫਿਰ ਉਹਨੂੰ ਪਿੱਛੇ ਕੋਈ ਸਹਾਰਾ ਲਾਉਣ ਅਤੇ ਫੋਨ ਆਪਣਾ ਮੇਰੇ ਨਾ ਇਸ ਚੱਕਰ ਦੇ ਵਿੱਚ ਮੇਰੇ ਫੋਨ ਬਹੁਤ ਵਾਰ ਗਿਰਿਆ ਹੈ ਅਤੇ ਡਾਈਆਂ ਪਈਆਂ ਨੇ ਮੇਰੇ ਫੋਨ ਨੂੰ ਪਰ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਮੇਰਾ ਫੋਨ ਆਪਣੀ ਅਸਲੀ ਜਗ੍ਹਾ ਦੇ ਉੱਪਰ ਖੜ੍ਹਾ ਹੈ ਅਤੇ ਫਰੈਂਡਸ ਇਹ ਸੀ ਮੇਰੀ ਅੱਜ ਦੀ ਸ਼ੋਪਿੰਗ ਅਤੇ ਸਾਰੇ ਜਣੇ ਦੱਸਿਓ ਕਿ ਮੇਰੀ ਚੋਇਸ ਵਧੀਆ ਹੈ ਜਾਂ ਐਂ ਆ ਜਾਂ ਵਧੀਆ ਹੀ ਨਹੀਂ ਹੈਗੀ ਅਤੇ ਬਸ ਆਹ ਚੀਜ਼ਾਂ ਲਈਆਂ ਸੀਗੀਆਂ ਆਪਾਂ ਥੋੜ੍ਹੀ ਬਹੁਤੀ ਬਾਕੀ ਭੂਆ ਜੀ ਉਹਨੂੰ ਮੇਰੇ ਨਾਲ ਗਏ ਸੀ ਉਹਨਾਂ ਨੇ ਸ਼ੋਪਿੰਗ ਕੀਤੀ ਸੀਗੀ ਅਤੇ ਸਾਰੇ ਜਣੇ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਮੇਰੀ ਚੋਇਸ ਅਤੇ ਆਪਣੀ ਸਪੋਰਟ ਇੱਦਾਂ ਹੀ ਬਣਾ ਕੇ ਰੱਖਿਓ ਪਲੀਜ਼ ਅਤੇ ਮੇਰੇ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਅਤੇ ਐਵੇਂ ਹੀ ਮੇਰੇ ਨਾਲ ਜੁੜੇ ਰਹੋ ਠੀਕ ਹੈ ਜੀ ਅਤੇ ਬਾਕੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਖੁਸ਼ ਰਹੋ ਸਤਿ ਸ਼੍ਰੀ ਅਕਾਲ ਜੀ